दर्शकों पंजाबला चैनल से तुहाडा स्वागत है। जैसे हैं गुरु बिल्डिंग लिफ्टिंग बहुत चेंज आ गया जी। पहला देखा सर निके निके जैकां नाल कर रहे सीगे, हुण तां महाराज की मेहर होगी जी, बड़े बड़े जैक लिया के लाते जी इन्हां नूं। पंजाबला चैनल से तुहाडा स्वागत है। जैसे आए गुरु बिल्डिंग लिफ्टिंग, एक ऐसा नाम जिन्होंने आ नौजवान जिहड़े अपने खड़े ने, अज तो आप 5 साल पहले इन्हां नूं देखिया सीगा, स्टार्ट किया सी इन्हां ने काम, और अज आप देख सकते हैं कि हज़ारां की गिनती दे विच बिल्डिंगां, चाहे पंजाब, हरियाणा, हिमाचल, राजस्थान, बहुत जगह के उत्ते इन्हां ने बिल्डिंगां नूं टेढ़े मेढ़े करना, उच्चे लैके जाना, चक्करनी आप देख सकते हैं। पहले मैं कैमरामैन नूं चाहूँगा कि दिखावे हेठां देख के ना कितों कितों मूव हो जाती है बिल्डिंग, अगे जाई जाती है बिल्डिंग। ਬਾਈ ਜੀ ਜਿਹੜੀਆਂ ਕ੍ਰਿਸ਼ਮਾ ਕਦੇ ਲੋਕਾਂ ਨੇ ਸੋਚਿਆ ਸੀ, ਸੁਪਨੇ ਲਿੱਤੇ ਸੀਗੇ, ਉਹ ਤੁਸੀਂ ਅੱਜ ਪੂਰੇ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਅਗਲਾ ਕਹਿੰਦਾ ਹੁੰਦੇ ਸੀਗੇ ਕਿ ਅਸੀਂ ਦੇਖਿਆ ਸੁਪਨੇ ਦੇ ਵਿੱਚ ਵੀ ਸਾਡਾ ਘਰ ਮੂਵ ਹੋ ਗਿਆ, ਉਹ ਤੁਸੀਂ ਅੱਜ ਸਹੀ ਮੈਨੇਜ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ? ਪਹਿਲਾਂ ਪੰਜਾਬ ਪਲੱਸ ਟੀਮ ਦਾ ਧੰਨਵਾਦ ਕਰਦੇ ਹਾਂ ਜੀ, ਜਿਹੜੇ ਸਾਡੇ ਕੋਲ ਇੱਥੋਂ ਤੱਕ ਪਹੁੰਚੇ ਔਰ ਸਾਡੀ ਆਵਾਜ਼, ਸਾਡੀ ਐਡ ਜਾਂ ਸਾਡੇ ਨੰਬਰਾਂ ਨੂੰ ਪੂਰੇ ਪੰਜਾਬ, ਹਿੰਦੁਸਤਾਨ, ਇੰਡੀਆ ਸਾਰੇ ਪਹੁੰਚਾਇਆ ਜਾਂਦਾ। ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ, ਤੁਸੀਂ ਆਪਾਂ ਫਸਟ ਟਾਈਮ ਪਹਿਲਾਂ ਬਹੁਤ ਸਿੰਪਲ ਸਿਟੀ ਦੇ ਨਾਲ ਤੁਹਾਨੂੰ ਨਾਲ ਜੋੜਿਆ ਸੀ, ਕੀ ਕਹਿਣਾ ਚਾਹੋਗੇ ਕਿ ਇੰਨੇ ਸਮੇਂ ਦੇ ਅਰਸੇ ਦੇ ਵਿੱਚ ਉਹ ਜਿਹੜਾ ਨਾਲ ਜੋੜਨਾ, ਕਿਉਂਕਿ ਇੱਕ ਸਿੰਪਲ ਇਨਸਾਨ ਦੇ ਤੌਰ ਦੇ ਉੱਪਰ, ਔਰ ਜਿਵੇਂ ਅੱਜ ਹਿੰਦੁਸਤਾਨ ਦੇ ਵਿੱਚ ਇਹ ਚੀਜ਼ ਬਣ ਗਈ ਆ ਵੀ ਜਦੋਂ ਕਿਤੇ ਗੁਰੂ ਨਾਨਕ ਗੁਰੂ ਬਿਲਡਿੰਗ ਲਿਫਟਿੰਗ ਦੀ ਨਾਮ ਆਉਂਦਾ ਤਾਂ ਤੁਹਾਡਾ ਨਾਮ ਵੀ ਵਿੱਚ ਲੋਕ ਲੈਂਦੇ ਵੀ ਨਹੀਂ ਉੱਥੇ ਵੀ ਹੁੰਦਾ। ਹਾਂਜੀ, ਇਹ ਉਸ ਜਦੋਂ ਆਪਾਂ ਉਦੋਂ ਮਿਲੇ ਬਾਈ ਜੀ, ਉਦੋਂ ਸਿਰਫ ਕੰਮ ਆਪਾਂ ਮੇਨ ਸੀਗਾ ਉੱਚਾ ਚੁੱਕਣ ਦਾ। ਹੁਣ ਤਾਂ ਮਹਾਰਾਜ ਦੀ ਮਿਹਰ ਇੰਨੀ ਹੋ ਗਈ ਜੀ, ਮਕਾਨ ਨੂੰ ਉੱਚਾ ਚੱਕ ਦੇਣਾ, ਮਕਾਨ ਨੂੰ ਮੂਵ ਕਰ ਦੇਣਾ, 200-400 ਫੁੱਟ ਸਾਈਡ 'ਤੇ ਲਿਜਾਣਾ, ਉਹਨੂੰ ਲੈ ਜਾਣਾ, ਜਾਂ ਮਕਾਨ ਦੀ ਦਿਸ਼ਾ ਹੀ ਚੇਂਜ ਕਰ ਦੇਣੀ। ਇਹਦੇ ਵਿੱਚ ਬਹੁਤ ਚੇਂਜ ਆ ਗਿਆ ਜੀ। ਪਹਿਲਾਂ ਤੁਸੀਂ ਦੇਖਿਆ ਸੀ, ਸਾਨੂੰ ਨਿੱਕੇ ਨਿੱਕੇ ਜਿੱਕਾਂ ਨਾਲ ਅਸੀਂ ਕਰ ਰਹੇ ਸੀਗੇ, ਅਤੇ ਤੁਸੀਂ ਹੁਣ ਤਾਂ ਮਹਾਰਾਜ ਦੀ ਮਿਹਰ ਹੋ ਗਈ ਜੀ, ਵੱਡੇ ਵੱਡੇ ਜੈਕ ਲਿਆ ਕੇ ਲਾਤੇ ਜੀ ਇਹਨਾਂ ਨੂੰ, ਅਤੇ ਦੇਖ ਸਕਦੇ ਹੋ ਮਹਾਰਾਜ ਨੇ ਬਹੁਤ ਤਰੱਕੀਆਂ ਬਖਸ਼ੀਆਂ ਜੀ। ਕੀ ਕਹਿਣਾ ਚਾਹੋਗੇ ਕਿ ਨਾ ਸ਼ੀਸ਼ਾ ਟੁੱਟੇ, ਨਾ ਕੋਈ ਬਾਰੀ ਟੁੱਟੇ, ਨਾ ਕੋਈ ਅਲਮਾਰੀ ਖਰਾਬ ਹੋਵੇ, ਉਹ ਐਜ਼ ਇਟ ਇਜ਼ ਆਈ ਜਾਂਦੀ ਆ? ਬਿਲਕੁਲ ਜੀ, ਬਿਲਕੁਲ। ਹੁਣ ਤੁਸੀਂ ਦੇਖ ਸਕਦੇ ਹੋ ਇਹਦੀਆਂ ਪੌੜੀਆਂ, ਸੀਸੇ, ਬਾਰੀਆਂ, ਲਾਈਟਾਂ ਚੱਲ ਰਹੀਆਂ, ਠੀਕ ਹੈ ਜੀ, ਲਾਈਟਾਂ ਵਗੈਰਾ ਚੱਲ ਰਹੀਆਂ, ਸਾਰਾ ਕੁਝ ਦੇਖ ਸਕਦੇ ਹੋ ਤੁਸੀਂ। ਤੇ ਬਾਕੀ ਜਿਵੇਂ, ਚਲੋ ਇਹਦੇ ਵਿੱਚ ਤਾਂ ਉਹਨਾਂ ਨੇ ਇਹਨਾਂ ਦੀ ਰਿਹਾਇਸ਼ ਨਹੀਂ ਸੀ ਬਾਈ ਜੀ ਹੋਣਾ ਦੀ, ਤੇ ਇਹਦੇ ਵਿੱਚ ਏਸੀ, ਕੂਲਰ, ਪੱਖੇ, ਜੋ ਵੀ ਲਾਈਟਾਂ ਵਗੈਰਾ, ਜੋ ਵੀ ਕੱਪਬੋਰਡ ਵਗੈਰਾ, ਸਭ ਕੁਝ ਨਾਲ ਹੀ ਜਾਂਦੇ ਹੁੰਦੇ ਆ ਜੀ। ਸਿਰਫ ਇਕੱਲਾ ਫਰਸ਼ ਖਰਾਬ ਹੁੰਦਾ, ਤੇ ਨਾਲੇ ਇਹ ਤਾਂ ਚਲੋ ਮੰਨ ਲਓ ਵੀ ਸਿੰਗਲ ਮੰਜ਼ਿਲ ਹੈ, ਸਿੰਗਲ ਮੰਜ਼ਿਲ ਤੁਸੀਂ ਦੇਖ ਸਕਦੇ ਹੋ ਵੀ ਸਿੰਗਲ ਮੰਜ਼ਿਲ ਮਕਾਨ ਹੈ, 1600-1700 ਫੁੱਟ ਹੈਗਾ ਇਹ, ਅਤੇ ਪਰ ਡਬਲ ਮੰਜ਼ਿਲ, ਟ੍ਰਿਪਲ, 4 ਮੰਜ਼ਿਲੀ ਤੱਕ ਆਪਾਂ ਮੂਵ ਕਰ ਸਕਦੇ ਹਾਂ, ਉਹਨੂੰ ਦਿਸ਼ਾ ਚੇਂਜ ਕਰ ਸਕਦੇ ਹਾਂ, ਉੱਚਾ ਚੁੱਕ ਸਕਦੇ ਹਾਂ ਜੀ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਸਮਾਂ ਬਦਲਦਾ ਜਾ ਰਿਹਾ, ਤੁਸੀਂ ਸਮੇਂ ਨਾਲ ਚੇਂਜ ਹੋਣ ਵਾਲੇ ਬੰਦੇ ਹੋ, ਤੁਸੀਂ ਨਵੀਆਂ ਨਵੀਆਂ ਚੀਜ਼ਾਂ, ਵਰਲਡ ਲੈਵਲ ਦੀਆਂ ਚੀਜ਼ਾਂ ਨਿਕਾਲਦੇ ਹੋ, ਔਰ ਸੰਦ ਜਿਹੜੇ ਹੈਗੇ ਆ, ਜਿਸ ਤਰੀਕੇ ਨਾਲ ਮੂਵਿੰਗ ਵਾਲੇ ਚੀਜ਼ਾਂ, ਹੋਰ ਚੀਜ਼ਾਂ ਤੁਸੀਂ ਰੋਜ਼ ਆਪ ਵੀ ਫਾਈਂਡ ਕਰਦੇ ਰਹਿੰਦੇ ਹੋ, ਔਰ ਉਹੀ ਕਾਰਨ ਆ ਕਿ ਤੁਸੀਂ ਸਮੇਂ ਦੇ ਨਾਲ ਹਾਨੀ ਬਣ ਕੇ ਚੱਲੇ ਆ ਸਮੇਂ ਦੇ, ਔਰ ਨਵੀਆਂ ਨਵੀਆਂ ਕ੍ਰੀਏਸ਼ਨਸ, ਨਵੇਂ ਨਵੇਂ ਚੀਜ਼ਾਂ, ਔਰ ਉਹਦੇ ਨਾਲ ਨਾਲ ਕਾਰਵਾ ਮਿਲਦਾ ਗਿਆ, ਲੋਕ ਵੀ ਫਿਰ ਖਰਚਾ ਭਰਨ ਨੂੰ ਵੀ ਤਿਆਰ ਹੁੰਦੇ ਆ, ਅਗਲੇ ਕਹਿੰਦੇ ਵੀ ਭਾਈ ਜਲਦੀ ਦੇ ਵਿੱਚ, ਕਿਉਂਕਿ ਹੁਣ ਤੁਸੀਂ ਮਸ਼ੀਨਰੀ ਐਸੀ ਬਣਾ ਲਈ ਜੀ 'ਚ ਲੇਬਰ ਘੱਟ ਅਤੇ ਮਸ਼ੀਨਾਂ ਜ਼ਿਆਦਾ। ਹਾਂਜੀ, ਮਸ਼ੀਨਾਂ ਵੀ ਜ਼ਿਆਦਾ ਹੋ ਗਈਆਂ ਸਰ। ਇੱਕ ਜਦੋਂ ਤੁਸੀਂ ਸਾਨੂੰ ਪਹਿਲਾਂ ਮਿਲੇ ਸੀ ਉਦੋਂ ਸਾਡੀ 15 ਬੰਦਿਆਂ ਦੀ ਟੀਮ ਹੁੰਦੀ ਸੀਗੀ, ਅਤੇ ਅੱਜ ਬਾਬੇ ਦੀ ਮਿਹਰ ਨਾਲ ਜੀ ਮੇਰੇ ਕੋਲ 70 ਬੰਦੇ ਲਗਭਗ ਕੰਮ ਕਰ ਰਹੇ ਆ। ਕੀ ਕਹਿਣਾ ਚਾਹੋਗੇ ਕਿ ਉਹ ਸਮੇਂ ਵੀ ਤੁਸੀਂ ਉਹੀ ਸਿੰਪਲ ਜਿਹਾ ਬਾਈ ਸੀਗਾ, ਅੱਜ ਵੀ ਉਹੀ ਸਿੰਪਲ ਆ, ਕੀ ਕਹਿਣਾ ਚਾਹੋਗੇ? ਕਿੰਨਾ ਮਰਜ਼ੀ ਬੰਦਾ ਵਧੀ ਜਾਵੇ, ਨੋ ਡਾਊਟ ਕਿ ਬਹੁਤ ਔਖਿਆਈ ਦੇ ਝੱਲਣੀਆਂ ਪੈਂਦੀਆਂ, ਇਹ ਮਾਰਾਂ ਮਾਰ ਕੇ, ਇਹ ਬੜਾ ਪਰੇਸ਼ਾਨੀ ਦੀਆਂ ਛਣ ਝੱਲ ਕੇ ਬੰਦਾ, ਕਰੋਨਾ ਦੇ ਵਿੱਚ ਪੀਰੀਅਡ ਆਇਆ ਜਿਹਦੇ 'ਚ ਬਹੁਤ ਔਖਾ ਸਮਾਂ ਆਇਆ, ਜਦੋਂ ਕੋਈ ਲੇਬਰ ਤੱਕ ਹੀ ਬਹੁਤ ਪ੍ਰੋਬਲਮ ਆਈਆਂ। ਮੈਂ ਨਾ ਜੀ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜੇ ਸਾਡੇ ਸਮੇਂ ਦਿੱਤੇ ਹੋਏ ਸੀ
ਕਰੋਨਾ ਦੇ ਦਿਨਾਂ 'ਚ ਵੀ ਜਿਹੜਾ ਸਮਾਂ ਕਿਸੇ ਨੂੰ ਦਿੱਤਾ ਸੀ ਉਸੇ ਟਾਈਮ 'ਤੇ ਅਸੀਂ ਲਗਭਗ ਕੰਮ ਦਿੱਤਾ ਕੀ ਕਹਿਣਾ ਚਲੋ ਮੰਨ ਲਓ ਜੇ 10 ਦਿਨ 5 ਦਿਨ ਕੋਈ ਲੇਟ ਹੋ ਗਿਆ ਹੋਊ ਪਰ ਉਹਨਾਂ ਦਿਨਾਂ ਦੇ ਵਿੱਚ ਵੀ ਮਹਾਰਾਜ ਜੀ ਮੇਰੇ ਨਾਲ ਅਸੀਂ ਕੰਮ ਬਿਲਕੁਲ ਟਾਈਮ 'ਤੇ ਦਿੱਤਾ ਕੀ ਕਹਿਣਾ ਚਾਹੋਗੇ ਕਿ ਰਾਜਸਥਾਨ ਗੁਜਰਾਤ ਉੱਤਰਾਖੰਡ ਜਿੱਥੇ ਮਰਜ਼ੀ ਕੋਈ ਆ ਜਾਵੇ ਅਗਲਾ ਕਹਾਂ ਰਿਸ਼ਤੇਦਾਰਾਂ ਦੇ ਭੇਜਦਾ ਉੱਥੇ ਜਾ ਕੇ ਬਈ 10-10 ਦਿਨ ਰਹਿਣਾ ਔਰ ਸਭ ਤੋਂ ਵੱਡੀ ਗੱਲ ਇਮਾਨਦਾਰੀ ਅਗਲੇ ਦਾ ਸਿਉਣਾ ਪਿਆਰ ਰਹੇ ਅਗਲੇ ਦਾ ਜੋ ਮਰਜ਼ੀ ਪਿਆਰ ਰਹੇ ਇਹ ਗੁਰੂ ਬਿਲਡਿੰਗ ਵਾਲਾ ਹੈਗਾ ਜਿਹੜਾ ਇਹ ਸੇਵਾ ਕਰਦਾ ਹੈਗਾ ਹਮੇਸ਼ਾ ਆਪਣੇ ਆਪ ਨੂੰ ਉਹੀ ਆਪਦੀ ਲੇਬਰ ਨੂੰ ਸਿਖਾ ਕੇ ਨਾ ਭਾਈ ਨਾ ਕਿਸੇ ਦੇ ਘਰੇ ਕੁੜੀਆਂ ਬੁੜੀਆਂ ਕਿਸੇ ਦੇ ਘਰੇ ਪੈਸਾ ਧੇਲਾ ਪਿਆ ਹੈਗਾ ਜਿੱਥੇ ਅਗਲੇ ਦਾ ਪਿਆ ਸਿਉਣਾ ਪਿਆ ਉਹ ਵੀ ਪਿਆਰੂ ਜੇ ਸਿਉਣਾ ਵੀ ਪਿਆਊਗਾ ਜੀ ਪਿਆ ਹੋਊਗਾ ਤਾਂ ਸਾਡੇ ਬੰਦੇ ਉਹਨੂੰ ਚੱਕ ਕੇ ਵਾਪਸ ਦੇਣਗੇ ਨਾ ਕਿ ਕੋਈ ਚੱਕ ਕੇ ਉਹਨੂੰ ਕਬਜ਼ੇ ਵਿੱਚ ਕੀਤਾ ਜਾਊਗਾ ਬਹੁਤ ਥਾਂ ਇਹੋ ਜਿਹੇ ਹੁੰਦੇ ਆ ਕਿ ਅਗਲਿਆਂ ਦੀਆਂ ਕੀਮਤੀ ਚੀਜ਼ਾਂ ਜੋ ਘਰ ਖਾਲੀ ਕਰਵਾਉਣੇ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਪਰ ਉਹਨਾਂ ਨੂੰ ਜਮ੍ਹਾਂ ਕਰਵਾਈਦਾ ਜੀ ਅਗਲੇ ਕੋਲੋਂ ਪਹਿਲਾਂ ਪਹਿਲੀ ਗੱਲ ਤਾਂ ਅਸੀਂ ਪ੍ਰੋਪਰ ਇਹ ਕਹਿੰਦੇ ਬਾਈ ਜੀ ਘਰ ਖਾਲੀ ਕਰੋ ਜੇ ਬਾਈ ਚਾਂਸ ਅਗਲੇ ਧਿਆਨ 'ਚ ਕੋਈ ਚੀਜ਼ ਬਾਹਰ ਵੀ ਹੋ ਜਾਂਦੀ ਆ ਉਹਨੂੰ ਅਸੀਂ ਵਾਪਸ ਕਰ ਦੇ ਜੀ ਕਿਉਂਕਿ ਇਮਾਨਦਾਰੀ ਨਾਲ ਹੀ ਜੇ ਕੰਮ ਕਰਾਂਗੇ ਤਾਂ ਅੱਜ ਅਸੀਂ ਤੁਸੀਂ ਸਾਨੂੰ ਫੇਰ ਹੀ ਆਪਾਂ ਮਿਲ ਰਹੇ ਹਾਂ ਅਤੇ ਨਹੀਂ ਤਾਂ ਪ੍ਰਸ਼ਾਸਨ ਕਿੱਥੇ ਹੁੰਦੇ ਜੀ ਪਤਾ ਨਹੀਂ ਵੀਰ ਜੀ ਥੋੜ੍ਹੀ ਜਿਹੀ ਸਾਨੂੰ ਮੂਵ ਕਰਦੀ ਇੱਕ ਵਾਰੀ ਥੋੜ੍ਹਾ ਜਿਹਾ ਝਲਕ ਜੀ ਦਿਖਾਓਗੇ ਥੋੜ੍ਹੀ ਜਿਹੀ ਮੂਵ ਕਰ ਬਿਲਕੁਲ ਲਾਓ ਵੀ ਮੁੰਡੇ ਹਮਦਰਾਂ ਦਾ ਨਾ ਦੱਸੋ ਵੀ ਆਹ ਬੰਦਾ ਕਿੰਨੇ ਚਿਰ ਦੇ ਜੁੜੇ ਆ ਔਰ ਕਿਵੇਂ ਅੱਜ ਤੁਸੀਂ ਬ੍ਰਾਂਡ ਬਣੇ ਆ ਸਾਰਾ ਸਾਨੂੰ ਅੰਦਰ ਵੀ ਦਿਖਾਓ ਹਾਂਜੀ ਹਾਂਜੀ ਆਓ ਜੀ ਚਾਹਾਂਗੇ ਕਿ ਸਾਰੇ ਬੰਦਿਆਂ ਦਾ ਨਾਮ ਦੱਸ ਕੇ ਅਤੇ ਤੁਸੀਂ ਉਹਨਾਂ ਦੇ ਨਾਲ ਸਾਨੂੰ ਮਿਲਾਓ ਆਹ ਮੁੰਡਾ ਜੀ ਕੁਲਦੀਪ ਸਿੰਘ ਇਹ ਮੇਰੇ ਪਿੰਡ ਤੋਂ ਹੀ ਆ ਰਣ ਸਿੰਘ ਕਲਾਂ ਤੋਂ ਅਤੇ ਉਸ ਦੇ ਨਾਲ ਖੜਾ ਜਸਵਿੰਦਰ ਸਿੰਘ ਲਾਡੀ ਅਤੇ ਉਹ ਵੀ ਮੇਰੇ ਪਿੰਡ ਤੋਂ ਮੇਰੇ ਚਾਚਾ ਜੀ ਦਾ ਲੜਕਾ ਜੀ ਇੱਕ ਮੁੰਡਾ ਇੱਥੇ ਜਸਪਾਲ ਸਿੰਘ ਇਹ ਮਲੋਟ ਵਾਲੀ ਸਾਈਡ ਤੋਂ ਆ ਜੀ ਅਤੇ ਇਹਨਾਂ ਨੂੰ ਲਗਭਗ ਮੇਰੇ ਨਾਲ ਜੇ ਆਪਾਂ ਹੁਣ ਸਾਰਿਆਂ ਦੇ ਨਾਲ ਜਿਹੜਾ ਟਾਈਮ ਲੱਗ ਜਾਣਾ ਅਤੇ ਪਰ ਫਿਰ ਵੀ ਇਹਨਾਂ ਨੂੰ ਮੇਰੇ ਨਾਲ 15-15 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਜਿਸ ਦਿਨ ਤੋਂ ਕੰਮ ਸ਼ੁਰੂ ਕੀਤਾ ਸੀ ਉਸੇ ਦਿਨ ਤੋਂ ਨਾਲ ਹੀ ਅਤੇ ਅੱਜ ਵੀ ਨਾਲ ਹੀ ਆ ਜੀ ਕੀ ਕਹਿਣਾ ਚਾਹੋਗੇ ਕਿ ਬੜੇ ਔਖੇ ਸਮੇਂ ਵੀ ਦੇਖੇ ਆ ਬਹੁਤ ਰੋਟੀ ਤੋਂ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਸੀਗੀ ਕਿ ਰਾਤ ਨੂੰ ਰੋਟੀਆਂ ਵੀ ਔਖੀਆਂ ਮਿਲਦੀਆਂ ਸੀਗੀਆਂ ਕਿਉਂਕਿ ਜਦੋਂ ਆਪਾਂ ਬਾਹਰ ਕੰਮ ਕਰਨੇ ਆ ਤਾਂ ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨ ਆ ਜਾਂਦੀਆਂ ਪਰ ਟੀਮ ਵੀ ਨਹੀਂ ਡੋਲੀ ਅਤੇ ਆਪ ਵੀ ਨਹੀਂ ਡੋਲਿਆ ਅਤੇ ਅੱਜ ਇਹ ਵਾਹਿਗੁਰੂ ਦੀ ਕਿਰਪਾ ਵੀ ਹਰ ਥਾਂ 'ਤੇ ਕਰਵਾਂ ਬਿਲਕੁਲ ਜੀ ਮੇਰਾ ਇਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਠੀਕ ਹੈ ਜੀ ਮੈਂ ਇਹਨਾਂ ਨੇ ਕਿਤੇ ਦੁੱਖ ਦੇ ਸੁੱਖ ਦੇ ਆਪਾਂ ਪਾਸਾ ਨਹੀਂ ਵੱਟਿਆ ਠੀਕ ਹੈ ਇਹ ਵੀ ਆਪਣੇ ਨਾਲ ਅਤੇ ਆਪਾਂ ਵੀ ਇਹਨਾਂ ਦੇ ਨਾਲ ਆ ਜੀ ਅਤੇ 50+ ਦਾ ਰੋਲ ਹੈਗਾ ਵੀ 22-15-70 ਬਣ 'ਚ ਹਾਂਜੀ ਹਾਂਜੀ ਬਿਲਕੁਲ ਤੁਹਾਡਾ ਤਾਂ ਵੱਡਾ ਰੋਲ ਆ ਜੀ ਸਾਡੇ ਨਾਲ ਠੀਕ ਹੈ ਜੀ ਅੱਜ ਤੋਂ ਜਿੱਥੇ ਵੀ ਅੱਜ ਪਹੁੰਚਣ ਵਾਲੇ ਆ ਇਹ ਸਾਨੂੰ 50+ ਦੀ ਟੀਮ ਪਹੁੰਚਾਉਣ ਵਾਲੀ ਆ ਜੀ ਕੀ ਕਹਿਣਾ ਚਾਹੋਗੇ ਕਿ ਉਦੋਂ ਤੁਹਾਨੂੰ ਇਹ ਲੱਗਦਾ ਸੀਗਾ ਵੀ ਯਾਰ ਪਤਾ ਨਹੀਂ ਟੀਵੀ ਵਾਲੇ ਆ ਹੋਰ ਆ ਹੈ ਉਹ ਵੀ ਆਪਾਂ ਮੱਲੋ ਮੱਲੀ ਕਿਉਂਕਿ ਅਸੀਂ ਜਾਂਦੇ ਆਉਂਦੇ ਦੇਖਿਆ ਸੀਗਾ ਅਤੇ ਅੱਜ ਫਿਰ ਮੰਨੀਏ ਵੀ ਬਾਈ ਬ੍ਰਾਂਡ ਆ ਪੂਰਾ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਅੱਜ ਜਦੋਂ ਵੀ ਤੁਹਾਡੇ ਸਾਡੇ ਨੰਬਰ 'ਤੇ ਸਰਚ ਹੁੰਦੀ ਆ ਜਦੋਂ ਵੀ ਗੂਗਲ ਤੋਂ ਕੋਈ ਕੱਢਦਾ ਤਾਂ 50+ ਤੋਂ ਸਾਡਾ ਨੰਬਰ ਮਿਲਦਾ ਜੀ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜੀ ਸਾਡੇ ਨਾਲੋਂ ਵੱਧ ਆਉਣ ਵਾਲੇ ਨੂੰ ਮਾਣ ਮਹਿਸੂਸ ਹੁੰਦਾ ਜੀ ਵੀ ਜੋ ਇਹਨਾਂ ਨੇ ਕਿਹਾ ਸੀ ਉਹ ਕਰਕੇ ਦਿਖਾਇਆ ਕੀ ਕਹਿਣਾ ਚਾਹੋਗੇ ਕਿ ਹੁਣ ਤਾਂ ਮਸ਼ੀਨਰੀ ਵੀ ਜ਼ਿਆਦਾ ਲੇਟੈਸਟ ਆ ਗਈ ਹੈਗੀ ਆ ਹਾਂਜੀ ਕੋਈ ਟਾਈਮ ਉਹ ਸੀਗਾ ਜਦੋਂ ਲੇਬਰ ਬਾਹਲੀ ਜ਼ਿਆਦਾ ਖੂਨ ਡੋਲਣਾ ਪੈਂਦਾ ਸੀ ਜ਼ਿਆਦਾ ਹਾਂਜੀ ਹਾਂਜੀ ਅੱਜ ਤਾਂ ਬਾਈ ਜੀ ਹੋਰਾਂ ਨੇ ਕਹਿੰਦਾ ਤੂੰ ਦੱਸੋ ਸਾਨੂੰ ਕੀ ਚਾਹੀਦਾ ਨਵੀਆਂ ਮਸ਼ੀਨਾਂ ਪਹਿਲਾਂ ਤੋਂ ਹੀ ਇੰਸਟਾਲ ਕੀਤੀਆਂ ਹੋਈਆਂ ਜੀ ਔਰ ਜਿਵੇਂ ਜਿਵੇਂ ਕੋਈ ਨਵੀਂ ਚੀਜ਼ ਹੋਰ ਆਉਂਦੀ ਆ ਬਾਈ ਉਸੇ ਵੇਲੇ ਕਹਿੰਦਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਕਹਿੰਦੇ ਹਾਂਜੀ ਕੋਈ ਮੇਰੇ ਬੰਦਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੀ ਚੀਜ਼ ਮੰਗਦੇ ਆ ਹਾਜ਼ਰ ਹੁੰਦੀ ਹੈ ਜੀ ਔਰ ਜਦੋਂ ਘਰ ਵਾਲਿਆਂ ਦੀ ਬਿਲਡਿੰਗ ਤਿਆਰ ਹੋ ਕੇ ਚਲੀ ਜਾਂਦੀ ਹੈ ਪਾਸੇ ਲੋਕ ਦੇਖਣ ਆਉਂਦੇ ਆ ਲੋਕੀ ਕਹਿੰਦੇ ਉਹਨੂੰ ਬੁਲਾਓ ਵੀ ਉਹਨੂੰ ਮਿਸਤਰੀ ਨੂੰ ਬੁਲਾਓ ਤਾਂ ਸਾਰੇ ਨਾਮ ਦੇ ਕੇ ਤੋਰਦੇ ਆ ਹਾਂਜੀ ਹਾਂਜੀ ਪੂਰਾ ਜੀ ਮਾਣ ਤਾਣ ਪੂਰਾ ਕਰਦੇ ਆ ਜੀ ਆਪਣਾ ਆ ਦੇਖੋ ਵੀਰ ਜੀ ਇਸ ਤਰ੍ਹਾਂ ਆਪਾਂ ਜੈਕ ਫਿੱਟ ਕਰ ਲੈਂਦੇ ਹਾਂ ਜੀ ਇਸ ਤੋਂ ਬਾਅਦ ਇੱਕ ਮੁੰਡਾ ਆਵਾਜ਼ ਦੇਗਾ ਉਹਨੂੰ ਇਹ ਗਾਈਡ ਕਰਨਗੇ ਜੀ ਇੱਕ ਸਕਿੰਟ ਦਾ ਟਾਈਮ ਲੈਂਦੇ ਹਾਂ ਜੀ ਇਸ ਤਰ੍ਹਾਂ ਫਿਰ ਆਪਾਂ ਨੰਬਰ ਬੋਲਦੇ ਹਾਂ ਜੀ ਨੰਬਰ ਬੋਲਣ ਦਾ ਦੂਸਰੇ ਮੁੰਡੇ ਉਸਨੂੰ ਗਾਈਡ ਕਰਦੇ ਆ ਇਹ ਸਭ ਟੀਮ ਵਰਕ ਦੇ ਨਾਲ ਹੁੰਦਾ ਜੀ ਟੀਮ ਤੋਂ ਬਿਨਾਂ ਅਸੀਂ ਵੀ ਕੁਛ ਨਹੀਂ ਹੈ ਜੀ ਲਗਭਗ 30 ਫੁੱਟ ਅੱਗੇ ਆ ਚੁੱਕੀ ਆ ਅਤੇ ਲਗਭਗ 30 ਫੁੱਟ ਮੇਰੇ ਹਿਸਾਬ ਨਾਲ ਅੱਗੇ ਪਿਆ ਆਪਣਾ ਤੋਰਨ ਵਾਲਾ ਅਤੇ ਇਹਦੀ ਪੌੜੀਆਂ ਵਗੈਰਾ ਜੋ ਵੀ ਜੋੜੀ ਪੱਲਾ ਪਲੰਬਰ ਫਰਨੀਚਰ ਜੋ ਵੀ ਲੱਗਾ ਇਸ ਨੂੰ ਲਾਈਟ ਵਗੈਰਾ ਉਹ ਸਾਰੀ ਨਾਲ ਹੀ ਜਾ ਰਹੀ ਆ ਕੋਈ ਉਹਦੇ ਵਿੱਚ ਕੱਟ ਕਟਾਈ ਨਹੀਂ ਹੋਈ ਅਤੇ ਜਿਵੇਂ ਕਿ ਮੰਨ ਲਓ ਹੁਣ ਅੱਗੇ ਨੀਆਂ ਬਣ ਗਈਆਂ ਜਿਵੇਂ ਕਿ ਆਹ ਪਿੱਲਰ ਸਾਨੂੰ ਕਈਆਂ ਵੀਰਾਂ ਦੇ ਸਵਾਲ ਆਉਂਦੇ ਵੀ ਪਿੱਲਰਾਂ ਦਾ ਕੀ ਕਰੋਗੇ ਆਹ ਪਿੱਲਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਿੱਲਰ ਨੂੰ ਕੱਟ ਦਿੱਤਾ ਗਿਆ ਜਿੱਥੇ ਜਾ ਕੇ ਮਕਾਨ ਨੇ ਰੁਕਣਾ ਇਹ ਉਸੇ ਜਗ੍ਹਾ 'ਤੇ ਜਾ ਕੇ ਅਸੀਂ ਇਸੇ ਉਵੇਂ ਸੇਮ ਪਿੱਲਰ ਬਣਾ ਕੇ ਜੋੜ ਦੇਵਾਂਗੇ
ਤੁਸੀਂ ਅੰਦਰੋਂ ਮਕਾਨ ਦੇਖ ਸਕਦੇ ਹੋ ਅਤੇ ਤੁਸੀਂ ਆ ਜਾਓ। ਤੁਸੀਂ ਦੇਖ ਸਕਦੇ ਹੋ ਵੀ ਇਹ ਮਕਾਨ ਦੀ ਜਿਵੇਂ ਰੇਲ ਲਾਈਨ ਤਿਆਰ ਹੁੰਦੀ ਨਾ, ਇਸੇ ਤਰ੍ਹਾਂ ਹੀ ਰੇਲ ਲਾਈਨ ਨੂੰ ਬਣਾ ਕੇ ਮਕਾਨ ਨੂੰ 100 ਫੁੱਟ, 200 ਫੁੱਟ, 500 ਫੁੱਟ ਜਿੰਨਾ ਵੀ ਮਕਾਨ ਕੋਈ ਦੂਰ ਲਿਜਾਣਾ ਚਾਹੇ ਉੱਨੀ ਦੂਰ ਜਾ ਵੜਿੰਦਾ। ਮਕਾਨ ਨੂੰ ਉੱਚਾ ਚੁੱਕਣਾ ਚਾਹੇ, ਮਕਾਨ ਦੀ ਦਿਸ਼ਾ ਚੇਂਜ ਕਰਨੀ ਚਾਹੇ। ਕਈ ਮੇਰੇ ਵੀਰਾਂ ਦੇ ਫੋਨ ਆਉਂਦੇ ਆ ਵੀ ਬਾਈ ਜੀ ਮਕਾਨ ਫਸੇ ਹੋਏ ਮੂਵ ਹੋ ਜਾਂਦੇ ਆ, ਇੱਕ ਸਾਈਡ ਤੋਂ ਫਸਿਆ ਹੋਇਆ ਮਕਾਨ ਮੂਵ ਹੋ ਜੂਗਾ, ਪਰ ਜੇ ਕੋਈ ਆਖੇ ਦੋ ਸਾਈਡਾਂ 'ਚ ਤਿੰਨਾਂ ਸਾਈਡਾਂ ਤੋਂ ਫਸਿਆ ਹੋਇਆ ਮਕਾਨ ਨਹੀਂ ਮੂਵ ਹੁੰਦੇ, ਉਹ ਸਾਨੂੰ ਨਾ ਫੋਨ ਕਰਨ, ਇਹ ਬੇਨਤੀ ਕਰਾਂ। ਇਹ ਬਾਈ ਜੀ ਪਿੰਡ ਹੈਗਾ ਇਹ 10 ਵਾਲ, ਇੱਥੇ ਬਲਟੋਆ ਤਹਿਸੀਲ ਹੈਗਾ ਇਹ ਤਰਨ ਤਾਰਨ ਸਾਹਿਬ। ਹਾਂਜੀ, ਇੱਥੇ ਨੇੜੇ ਕੰਮ ਹੋ ਰਿਹਾ, ਜੇ ਕੋਈ ਵੇਖਣਾ ਚਾਹੇ ਵੀਰ ਸਾਥੋਂ ਫੋਨ ਕਰਕੇ ਲੋਕੇਸ਼ਨ ਵਗੈਰਾ ਲੈ ਕੇ ਅੱਗੇ ਚੈੱਕ ਵੀ ਕਰ ਸਕਦਾ।